ਡੀਅਰ ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਐਜੂਕੇਸ਼ਨ ਫਾਈਨਾਂਸਿੰਗ ਇਹ ਜਿਹੜਾ ਤੁਹਾਡਾ ਪੇਪਰ ਐਜੂਕੇਸ਼ਨਲ ਪਾਲਿਸੀ ਐਂਡ ਪਲੈਨਿੰਗ ਇਨ ਕੰਟੈਂਪਰੇਰੀ ਇੰਡੀਆ ਉਹਦੇ ਵਿੱਚ ਜਿਹੜਾ ਨਵਾਂ ਸਿਲੇਬਸ ਐਡ ਹੋਇਆ ਹੈ ਉਹ ਟੌਪਿਕ ਹੈ ਐਜੂਕੇਸ਼ਨ ਫਾਈਨਾਂਸ ਰੈਫਰਸ ਟੂ ਗਵਰਨਮੈਂਟਲ ਐਂਡ ਆਰਗੇਨਾਈਜੇਸ਼ਨਲ ਪ੍ਰੋਸੈਸ ਬਾਈ ਵਿਚ ਰੈਵਨਿਊਜ਼ ਆਰ ਜਨਰੇਟਡ ਡਿਸਟ੍ਰਿਬਿਊਟਡ ਹੁਣ ਐਜੂਕੇਸ਼ਨਲ ਫਾਈਨਾਂਸ ਇੱਕ ਉਹ ਸ਼ਬਦ ਹੈ ਜਿਹੜਾ ਕਿ এডਿਕੇਸ਼ਨ ਦੇ ਲਈ ਜਿਹੜੇ ਕੋਈ ਵੀ ਵਿੱਤੀ ਸਹਾਇਤਾ ਹੈ ਮੀਨਜ਼ ਜੋ ਰੈਵਨਿਊ ਹੈ ਕਿੱਥੋਂ ਜਨਰੇਟ ਹੁੰਦਾ ਹੈ ਤੇ ਕਿਵੇਂ ਡਿਸਟ੍ਰੀਬਿਊਟ ਕੀਤਾ ਜਾਂਦਾ ਉਹਨੂੰ ਸੀ ਕਹਿੰਦੇ ਆ এডਿਕੇਸ਼ਨ ਫਾਈਨਾਂਸਿੰਗ ਐਂਡ ਐਕਸਪੈਂਡਡ ਫਾਰ ਦਾ ਆਪਰੇਸ਼ਨਲ ਐਂਡ ਕੈਪੀਟਲ ਸਪੋਰਟ ਆਫ ਫਾਰਮਲ ਸਕੂਲਿੰਗ ਜਿਹੜਾ ਕਿ ਦੇਖਣਾ ਕਿ ਪੈਸਾ ਕਿੱਥੋਂ ਆਇਆ ਕਿਵੇਂ ਖਰਚ ਕਰਨਾ ਹੈ ਜਿਹੜੀ ਕਿ ਫਾਰਮਲ ਸਕੂਲਿੰਗ ਹੈ ਉਹਦੀ سپورਟ ਦੇ ਲਈ ਸਕਾਲਰਸ ਐਂਡ ਪ੍ਰੋਫੈਸ਼ਨਲਸ ਨੋਲੇਜੇਬਲ ਰਿਗਾਰਡਿੰਗ ਇਕਨੋਮਿਕਸ ਪਬਲਿਕ ਫਾਈਨਾਂਸ ਸਕੂਲ ਫਾਈਨਾਂਸ ਬਜਟਿੰਗ ਮੈਨੇਜਮੈਂਟ ਅਕਾਊਂਟਿੰਗ ਐਜੂਕੇਸ਼ਨ ਲਾਅ ਐਂਡ ਇੰਟਰ ਗਵਰਨਮੈਂਟਲ ਰਿਲੇਸ਼ਨਸ ਟਿਪਿਕਲੀ ਪਾਰਟਿਸਿਪੇਟ ਇਨ ਥਿਸ ਫੀਲਡ ਹੁਣ ਇਸ ਫੀਲਡ ਦੇ ਵਿੱਚ ਕਿਹੜਾ ਫੀਲਡ ਐਜੂਕੇਸ਼ਨ ਫਾਈਨਾਂਸ ਇਦੇ ਵਿੱਚ ਕੌਣ-ਕੌਣ ਪਾਰਟਿਸਿਪੇਟ ਕਰਦੇ ਨੇ ਜਿਵੇਂ ਕਿ ਇਕਨੋਮਿਕਸ ਪਬਲਿਕ ਫਾਈਨਾਂਸ ਮੀਨ ਇਹ ਚੀਜ਼ਾਂ ਇਹਦੇ ਵਿੱਚ ਸ਼ਾਮਿਲ ਨੇ ਸਕਾਲਰਸ ਤੇ ਪ੍ਰੋਫੈਸ਼ਨਲ ਜਿਹੜੇ ਇਹਨਾਂ ਚੀਜ਼ਾਂ ਦੀ ਨੋਲਿਜ ਰੱਖਦੇ ਨੇ ਸਕੂਲ ਫਾਈਨਾਂਸ ਬਜਟਿੰਗ ਮੈਨੇਜਮੈਂਟ ਅਕਾਊਂਟਿੰਗ ਐਜੂਕੇਸ਼ਨ ਲਾ ਤੇ ਇੰਟਰ ਗਵਰਨਮੈਂਟਲ ਰਿਲੇਸ਼ਨਸ਼ਿਪ ਐਜੂਕੇਸ਼ਨ ਫਾਈਨਾਂਸਿੰਗ ਸ਼ੁੱਡ ਨਾਟ ਬੀ ਕਨਸੀਡਰਡ ਐਗਜ਼ੀਕਿਊਟਿਵਲੀ ਐਜ਼ ਅ ਟੈਕਨੀਕਲ ਫੀਲਡ ਡੋਮੀਨੇਟਿਡ ਬਾਈ ਮੈਟਰਸ ਆਫ ट्रैन फाइनेंशियल फॉर्मुलस मीन ਜਿਹੜੀ ਹੁਣ ਇਹ এডੂਕੇਸ਼ਨ ਫਾਈਨਾਂਸ ਹੈ ਮੀਨ ਉਹ ਫਾਈਨਾਂਸ ਜਿਹਨੂੰ ਕੋ ਐਜੂਕੇਸ਼ਨ ਦੇ ਉੱਪਰ ਖਰਚ ਕਰਨਾ ਹੈ ਉਹਨੂੰ ਦੇਖਣਾ ਕਿਸੀਂ ਕਿਹੜੇ ਫੀਲਡ ਦੇ ਉੱਪਰ ਐਕਸਕਲੂਸਿਵਲੀ ਐਜ਼ ਅ ਟੈਕਨੀਕਲ ਫੀਲਡ ਸਿਰਫ ਇਹੀ ਚੀਜ਼ ਨਹੀਂ ਅਸੀਂ ਦੇਖਣੀ ਹੋਰ ਵੀ ਬਹੁਤ ਸਾਰੇ ਮੈਟਰਸ ਨੇ ਜਿੱਥੇ ਕਿ ਅਸੀਂ ਜਿਹੜੀ ਫਾਈਨਾਂਸ ਹੈ ਉਹਨੂੰ ਉੱਥੇ ਖਰਚ ਕਰਨਾ ਹੁੰਦਾ ਹੈ ਤੇ ਜਿਹੜੀਆਂ ਕੁਝ ਬਜਟ ਕੈਟਾਗਰੀਜ਼ ਹੁੰਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਅਸੀਂ ਇਕੱਲਾ ਇਹ ਨਹੀਂ ਕਹਿਣਾ ਵੀ ਇਹਦੇ ਵਿੱਚ ਟੈਕਨੀਕਲ ਫੀਲਡ ਡੋਮਿਨੇਟ ਕਰਦਾ ਹੈ ਤੇ ਸਿਰਫ ਬਜਟ ਕੈਟਾਗਰੀਜ਼ ਆਉਂਦੀਆਂ ਨੇ ਇਟ ਆਲਸੋ ਇਨਵੋਲਵਸ ਪਬਲਿਕ ਪਾਲਿਸੀ ਇਸ਼ੂਜ਼ ਹੁਣ ਇਹਦੇ ਵਿੱਚ ਜਿਹੜੇ ਪਬਲਿਕ ਪਾਲਿਸੀ ਇਸ਼ੂਜ਼ ਨੇ ਉਹ ਵੀ ਇਨਵੋਲਵ ਹੁੰਦੇ ਨੇ At the dynamic core of any society regarding equity, efficiency, and freedom of choice. Society regarding equity, efficiency, the freedom of choice. Ek public policy issues. Silent features of financing process have been discussed below. ਹੁਣ ਇਹਦੇ ਕੁਝ ਸਾਇਲੈਂਟ ਫੀਚਰਸ ਨੇ ਮੀਨ ਚ ਵਿਸ਼ੇਸ਼ਤਾਵਾਂ ਨੇ ਫਰਸਟ ਹੈ ਇਨਵੈਸਟਮੈਂਟ ਅਪਰਚੂਨਿਟੀ ਇਨਵੈਸਟਮੈਂਟ ਅਪਰਚੂਨਿਟੀ ਮੀਨਸ ਨਿਵੇਸ਼ ਦੇ ਮੌਕੇ ਅ ਕੀ ਫੀਚਰ ਆਫ ਫਾਈਨਾਂਸਿੰਗ ਇਜ਼ ਟੂ ਲੁੱਕ ਫਾਰਵਰਡ ਫਾਰ ਵੇਰੀਅਸ ਇਨਵੈਸਟਮੈਂਟ ਅਪਰਚੂਨਿਟیز ਇਨ ਦਾ ਫੀਲਡ ਆਫ ਐਜੂਕੇਸ਼ਨ ਹੁਣ ਇਹਦੀ ਜਿਹੜੀ ਮੁੱਖ ਵਿਸ਼ੇਸ਼ਤਾ ਹੋ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਜਿਹੜੇ ਇਨਵੈਸਟਮੈਂਟ ਦੇ ਵੱਖ-ਵੱਖ ਮੌਕਿਆਂ ਦੀ ਉਮੀਦ ਕਰਨਾ ਹੈ ਮਿੰਝ ਉਹਨਾਂ ਬਾਰੇ ਸੋਚਣਾ ਕਿ ਹਾਂ ਹੋਪਸੋ ਇਹ ਹੋ ਸਕਦਾ ਫਾਈਨਾਂਸ ਇਜ਼ ਰਿਕੁਆਇਰਡ ਟੂ ਇਨਵੈਸਟ ਮੈਨੀ ਮਨੀ ਇਨ ਵੇਰੀਅਸ ਐਜੂਕੇਸ਼ਨਲ ਪ੍ਰੋਗਰਾਮਸ ਐਂਡ ਐਕਟੀਵਿਟੀਜ਼ ਹੁਣ ਵਾਕਖ ਜਿਹੜੇ ਐਜੂਕੇਸ਼ਨਲ ਪ੍ਰੋਗਰਾਮਸ ਹੁੰਦੇ ਨੇ ਤੇ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਪੈਸਾ ਲਗਾਉਣ ਦੀ ਜ਼ਰੂਰਤ ਪੈਂਦੀ ਹੈ ਥੀਜ਼ ਆਰ ਕੰਸਟਰਕਟਿੰਗ ਬਿਲਡਿੰਗ ਅਰੇਂਜਿੰਗ ਲਰਨਿੰਗ ਰਿਸੋਰਸਸ ਹਾਇਰਿੰਗ ਟੀਚਰਸ ਐਕਸੈਟਰਾ ਹੁਣ ਜਿਹੜੇ ਫਾਈਨਾਂਸ ਹੈ ਉਹਦੇ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ ਜਿਵੇਂ ਕਿ ਬਿਲਡਿੰਗਸ ਨੇ ਉਹ ਕੰਸਟਰਕਟ ਕਰਨੀਆਂ ਨੇ ਜਿਹੜੇ ਲਰਨਿੰਗ ਸੋਰਸਸ ਨੇ ਉਹ ਅਰੇਂਜ ਕਰਨੇ ਨੇ ਤੇ ਟੀਚਰ ਹਾਇਰ ਕਰਨੇ ਨੇ ਮੀਨਸ ਟੀਚਰਸ ਦਾ ਪ੍ਰਬੰਧ ਕਰਨਾ ਆਲ ਥੀਸ ਐਕਟੀਵिटीज ਰਿਕਵਾਇਰ ਪਲੈਨਿੰਗ ਰਿਗਾਰਡਿੰਗ ਫਾਈਨਾਂਸ ਇਨ ਟਰਮਸ ਆਫ ਐਕਸਪੈਂਡੀਚਰ ਐਂਡ ਰੈਵਨਿਊ ਹੁਣ ਇਹ ਜਿਹੜੀਆਂ ਸਾਰੀਆਂ ਐਕਟੀਵिटीज ਨੇ ਇਹਨਾਂ ਦੇ ਵਾਸਤੇ ਖਰਚੇ ਤੇ ਮਾਲੀਏ ਦੇ ਸੰਦਰਭ ਦੇ ਵਿੱਚ ਜਿਹੜੀ ਪਲੈਨਿੰਗ ਹੈ ਉਹਦੀ ਜ਼ਰੂਰਤ ਪੈਂਦੀ ਹੈ Next allocation and utilization of funds. fund means allocation the utilization of funds. Utilize karna in the Vartukarnia. An important feature of finance to every process is that it must guarantee that satisfactory funds are accessible from the available sources at the appropriate time. ਮੀਨਸ ਅਗਲੀ ਜਿਹੜੀ ਦੀ ਮਹੱਤਵਪੂਰਨ ਵਿਸ਼ੇਸ਼ਤਾ ਕਹਿ ਲਓ ਇੰਪੋਰਟੈਂਟ ਫੀਚਰ ਕਹਿ ਲਓ ਉਹ ਇਹ ਹੈ ਕਿ ਇਸ ਚੀਜ਼ ਨੂੰ ਇਨਸ਼ੋਰ ਕਰਨਾ ਹੈ ਕਿ ਜਿਹੜੇ ਸਾਨੂੰ ਐਡਿਕੁਏਟ ਫੰਡਸ ਚਾਹੀਦੇ ਨੇ ਮੀਨ ਜਿੱਤ ਤਸੱਲੀ ਬਖਸ਼ ਜਿਹੜੇ ਸਾਡੇ ਕੋਲ ਰਿਸੋਰਸਸ ਅਵੇਲੇਬਲ ਨੇ ਉਹਨਾਂ ਤੋਂ ਠੁਕਮੇ ਸਮੇਂ ਦੇ ਉੱਪਰ ਸਾਨੂੰ ਅਪਰੋਪਰੀਅਟ ਟਾਈਮ ਦੇ ਉੱਪਰ ਅਵੇਲੇਬਲ ਹੋਣ ਚਾਹੀਦੇ ਨੇ ਇਟ ਨੀਡਸ ਟੂ ਚੂਸ ਦਾ ਮੈਥਡ ਸਟ੍ਰੈਟਜਿਸ ਐਂਡ ਟਾਈਪ ਆਫ ਫਾਈਨਾਂਸ ਟੂ ਰੇਜ਼ ਦਾ ਕੈਪੀਟਲ ਹੁਣ ਇਹਨੂੰ ਜਿਹੜੀ ਸਾਨੂੰ ਪੂੰਜੀ ਦੀ ਜ਼ਰੂਰਤ ਹੈ ਪੈਸੇ ਦੀ ਜ਼ਰੂਰਤ ਹੈ ਅਸੀਂ ਕਿੱਥੋਂ ਰੇਜ਼ ਕਰਨੀ ਹੈ ਤੇ ਕਿਹੜੇ ਕਿਹੜੇ ਸਟ੍ਰੈਟੇਜੀਜ਼ ਨੇ ਤੇ ਜਿਹੜੀਆਂ ਫਾਈਨੈਂਸ ਦੇ ਆ ਟਾਈਪਸ ਨੇ ਉਹਨਾਂ ਦੀ ਚੋਣ ਕਰਨ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਰਿਗਾਰਡਲੈਸ ਆਫ ਵੈਦਰ ਇਟ ਇਜ਼ ਟੂ ਬੀ ਥਰੂ ਦਾ ਇਸ਼ੂ ਆਫ ਸੈਕਿਉਰिटीज অর ਅਦਰ ਸੋਰਸਸ ਹੁਣ ਇਹ ਦੇਖਣਾ ਵੀ ਸਾਨੂੰ ਕਿਹੜੇ-ਕਿਹੜੇ ਜਿਹੜੇ ਸਰੋਤਾਂ ਦੇ ਮੁੱਦੇ ਨੇ ਜਿਹੜੇ ਜਿੱਥੋਂ ਇਹ ਸਾਨੂੰ ਪ੍ਰਾਪਤ ਹੋ ਸਕਦੀ ਹੈ ਵੈਨ ਫੰਡਸ ਆ ਰੇਸਟ ਜਦੋਂ ਜਿਹੜੇ ਫੰਡ ਨੇ ਉਹਨਾਂ ਦੇ ਵਿੱਚ ਵਾਅਦਾ ਕੀਤਾ ਜਾਂਦਾ ਇਕੱਠੇ ਕੀਤੇ ਜਾਂਦੇ ਨੇ ਨੈਕਸਟ ਸਟੈਪ ਇਜ਼ ਟੂ ਅਲੋਕੇਟ ðiਸ ਫੰਡਸ ਟੂ ਡਿਫਰੈਂਟ ਵੈਂਚਰਸ ਪ੍ਰੋਜੈਕਟਸ ਇਕਸਟਰਾ ਫਿਰ ਨੈਕਸਟ ਸਟੈਪ ਕੀ ਹੁੰਦਾ ਕਿ ਇਨਾਂ ਫੰਡਸ ਨੂੰ ਵਧਿਆ ਜਿਹੜੇ ਇਨੀਸ਼ੀਏਟਿਵਸ ਨੇ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਦੇ ਲਈ ਇਹਨੂੰ ਅਲੋਟ ਕਰਨਾ ਹੁੰਦਾ appropriate use of finance depends on investment strategies techniques decisions control and management rules and policies for efficient results fir jehdi finance hai hun idi jehdi vartu hai oh sanu kivein karni asi ne kide upar depend kardi hai ki jehdi saade investment strategies ne oh kis tarah diyan ne kehdi kehdiyan techniques ne decision kis tarah de ne te control kivein karna ਫਿਰ ਮੈਨੇਜਮੈਂਟ ਪ੍ਰਬੰਧਨ ਕਿਵੇਂ ਕਰਨਾ ਸਾਰਾ ਇਹਦੇ ਰੂਲਸ ਕੀ ਨੇ ਪਾਲਿਸੀਜ਼ ਕੀ ਨੇ ਫੇਰ ਹੀ ਸਾਨੂੰ ਜਿਹੜੇ ਐਫੀਸ਼ੀਐਂਟ ਰਿਜ਼ਲਟਸ ਨੇ ਉਹ ਮਿਲ ਸਕਦੇ ਨੇ ਨੈਕਸਟ ਹੈ ਡਿਸੀਜਨ ਮੇਕਿੰਗ ਮੀਨਸ ਫੈਸਲਾ ਲੈਣਾ ਡਿਸੀਜਨ ਮੇਕਿੰਗ ਇਜ਼ ਵਨ ਦਾ ਪ੍ਰਾਇਮਰੀ ਫੀਚਰਸ ਆਫ ਫਾਈਨਾਂਸ ਮੀਨਸ ਇਹ ਵੀ ਇੱਕ ਮੁਢਲੀ ਇਹਦੀ ਵਿਸ਼ੇਸ਼ਤਾ ਹੈ ਇਫ ਫਾਈਨੈਂਸ਼ੀਅਲ ਪਲੈਨਿੰਗ ਇਜ਼ ਰੀਅਲੀ ਗੁੱਡ ਬਾਏ ਦਾ ਫਾਈਨੈਂਸ਼ੀਅਲ ਪਲੈਨਰਸ ਹੁਣ ਜੇਕਰ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਹੈ ਉਹ ਵਧੀਆ ਕੀਤੀ ਗਈ ਹੈ ਕਿਹਦੇ ਦੁਆਰਾ ਫਾਈਨੈਂਸ਼ੀਅਲ ਪਲੈਨਰਜ਼ ਦੇ ਦੁਆਰਾ ਜਿਹੜੇ ਕਿ ਫਾਈਨਾਂਸ ਨਾਲ ਸੰਬੰਧਿਤ ਪਲਾਨ ਕਰਦੇ ਨੇ ਐਂਡ ਇਟ ਹੈਸ ਬੀਨ ਐਨਲਾਈਜ਼ਡ ਵੈਲ ਤੇ ਨੂੰ ਚੰਗੇ ਤਰੀਕੇ ਨਾਲ ਐਨਲਾਈਜ਼ ਕੀਤਾ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਉਹਦੇ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਅਸਪੈਕਟਸ ਲਿਖਣੇ ਜ਼ਰੂਰੀ ਨੇ ਥੈਨ ਇਟ ਲੀਡਸ ਟੂ ਬੈਟਰ ਡਿਸੀਜਨ ਮੇਕਿੰਗ ਫਿਰ ਇਹਦੇ ਨਾਲ ਜਿਹੜਾ ਬੈਟਰ ਡਿਸੀਜਨ ਲਿਆ ਜਾਏਗਾ ਉਹ ਜੇਕਰ ਉਹਨੂੰ ਵਧੀਆ ਢੰਗ ਨਾਲ ਐਨਲਾਈਜ਼ ਕੀਤਾ ਜਾਏਗਾ ਤਾਂ ਹੀ ਵਧੀਆ ਡਿਸੀਜਨ ਲਿਆ ਜਾ ਸਕਦਾ ਫਸਟਲੀ financial plans should be prepared ਸਭ ਤੋਂ ਪਹਿਲਾਂ ਕਿਨੇ ਵੀ ਇਹਨਾਂ ਨੂੰ ਚੰਗੇ ਤਰੀਕੇ ਨਾਲ ਪ੍ਰਪੇਅਰ ਕੀਤਾ ਜਾਣਾ ਚਾਹੀਦਾ ਹੈ ਕਿਨਾਂ ਨੂੰ financial plans ਨੂੰ ਸੈਕੰਡਲੀ ਫਾਈਨੈਂਸ ਮੈਨੇਜਮੈਂਟ ਪਲਾਨ ਸ਼ੁੱਡ ਬੀ ਬਿਲਡ ਫਿਰ ਜਿਹੜੇ ਮੈਨੇਜਮੈਂਟ ਪਲਾਨਸ ਨੇ ਉਹਨਾਂ ਨੂੰ ਵਧੀਆ ਬਣਾਇਆ ਜਾਣਾ ਚਾਹੀਦਾ ਐਂਡ ਦੈਨ ਐਟ ਦਾ ਰਾਈਟ ਟਾਈਮ ਰਾਈਟ ਡਿਸੀਜਨ ਮੇਕ ਸ਼ੁੱਡ ਅਕਰ ਫਿਰ ਰਾਈਟ ਟਾਈਮ ਤੇ ਜਿਹੜਾ ਰਾਈਟ ਡਿਸੀਜਨ ਹੈ ਉਹ ਲੈਣਾ ਚਾਹੀਦਾ slowing with the help of knowledge administrators will keep on improving the decision making which will benefit in getting good returns on investment fir holi holi jehde faisle lende vich sudhar kite jaan ge kinna de dwara jehde ke knowledge administrators ne te naal naal jithe investment karan ge utthe vadhia jehda return de vich laabh vi milega ਨੈਕਸਟ ਹੈ ਫਾਈਨੈਂਸ਼ੀਅਲ ਮੈਨੇਜਮੈਂਟ ਵਿੱਤੀ ਪ੍ਰਬੰਧਨ ਮੀਨਸ ਫਾਈਨਾਂਸ ਦਾ ਜਿਹੜਾ ਪ੍ਰਬੰਧ ਹੈ ਮੈਨੇਜਮੈਂਟ ਆਫ ਇਸ ਟੰਗ ਨਾਲ ਕਰਨੀ ਹੈ ਉਹ ਵੀ ਇਹਦੀ ਇੱਕ ਫੀਚਰ ਹੈ ਦਾ ਗੋਲਸ ਆਫ ਫਾਈਨਾਂਸ ਮੈਨੇਜਮੈਂਟ ਆਰ ਟੂ ਗਾਰੰਟੀ ਐਡਿਕੁਏਟ ਫਾਈਨਾਂਸ ਐਂਡ ਸਪਲਾਈ ਆਫ ਫੰਡਸ ਅਵੇਲੇਬਲ ਟੂ ਦਾ এডੂਕੇਸ਼ਨ ਪ੍ਰੋਸੈਸ ਐਟ ਐਨੀ 기ਵਨ ਟਾਈਮ ਹੁਣ ਜਿਹੜਾ ਫਾਈਨਾਂਸ ਮੈਨੇਜਮੈਂਟ ਹੈ ਇਸ ਜਿਹੜੇ ਟੀਚਰ ਨੇ ਉਹ ਕਿਸੇ ਵੀ ਸਮੇਂ ਜਿਹੜਾ এডੂਕੇਸ਼ਨ ਪ੍ਰੋਸੈਸ ਹੈ ਉਹਦੇ ਲਈ ਜੋ ਅਵੇਲੇਬਲ ਫੰਡਸ ਹੁੰਦੇ ਨੇ ਉਹਦੇ ਲਈ ਲੋੜੀਂਦਾ ਫਾਈਨਾਂਸ ਤੇ ਸਪਲਾਈ ਦੀ ਜਿਹੜੀ ਗਰੰਟੀ ਹੈ ਉਹ ਦਿੰਦੇ ਨੇ ਫਾਈਨਾਂਸ ਮੈਨੇਜਮੈਂਟ ਹੈਲਪਸ ਬਾਈ ਇਫੈਕਟਿਵ ਯੂਜ਼ ਆਫ ਕੈਪੀਟਲ ਐਂਡ ਰਿਸੋਰਸਸ ਟੂ ਫਾਲੋ ਦਾ ਰੂਲਸ ਆਫ ਲਿਕুইਡਿਟੀ ਫਿਰ ਜਿਹੜੇ ਲਿਕুইਡਿਟੀ ਦੇ ਰੂਲਸ ਨੇ ਕੋਈ ਜਿਹੜੀ ਪ੍ਰੋਡਕਟਿਵਿਟੀ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਤਾਂ ਕਿ ਜਿਹੜਾ ਇਫੈਕਟਿਵ ਯੂਜ਼ ਆ ਉਹ ਹੋ ਸਕੇ ਫਾਈਨੈਂਸ ਮੈਨੇਜਮੈਂਟ ਹੈਲਪਸ ਬਾਈ ਇਫੈਕਟਿਵ ਯੂਜ਼ ਆਫ ਕੈਪੀਟਲ ਕੈਪੀਟਲ ਮੀਨਸ ਪੂੰਜੀ ਤੇ ਜਿਹੜੇ ਰਿਸੋਰਸਸ ਨੇ ਇਹਨਾਂ ਦੋਵਾਂ ਚੀਜ਼ਾਂ ਦਾ ਇਫੈਕਟਿਵ ਯੂਜ਼ ਕਰਨ ਦੇ ਲਈ ਜਿਹੜਾ ਫਾਈਨੈਂਸ਼ੀਅਲ ਮੈਨੇਜਮੈਂਟ ਆ ਉਹ ਜ਼ਰੂਰੀ ਹੈ ਪ੍ਰੋਡਕਟਿਵਿਟੀ ਐਂਡ ਲਿਮਿਟਿੰਗ ਰਿਸਕ ਜਿਹਦੇ ਵਿੱਚ ਜਿਹੜਾ ਰਿਸਕ ਹੈ ਦੇਖੋ ਰਿਸਕ ਵੀ ਹੁੰਦਾ ਹੈ ਜਦੋਂ ਅਸੀਂ ਫਾਈਨੈਂਸ਼ੀਅਲ ਮੈਨੇਜਮੈਂਟ ਕਰਦੇ ਹਾਂ ਜੇਕਰ ਅਸੀਂ ਕਿਤੇ ਪੈਸਾ ਲਗਾਉਣ ਬਾਰੇ ਸੋਚ ਰਹੇ ਹਾਂ ਤਾਂ ਪੈਸਾ ਡੁੱਬ ਵੀ ਸਕਦਾ ਹੁੰਦਾ ਹੈ ਤੇ ਉਹਦੇ ਜਿਹੜੇ ਵਧੀਆ ਰਿਜ਼ਲਟਸ ਨੇ ਉਹ ਵੀ ਆ ਸਕਦੇ ਨੇ ਇਸ ਕਰਕੇ ਜਿਹੜੇ ਰਿਸਕ ਨੇ ਜੋਖਮ ਨੇ ਸੀਮਿਤ ਹੋਣ ਉਹਨਾਂ ਦੀ ਪਾਲਣਾ ਕਰਨ ਦੀ ਲਈ ਜਿਹੜੇ ਇਫੈਕਟਿਵ ਰਿਸੋਰਸਸ ਨੇ ਉਹਨਾਂ ਦੀ ਵਰਤੋਂ ਕਰਨੀ ਹੈ ਇਟ ਗਿਵਸ ਅ ਕਲੀਅਰ ਪਿਕਚਰ ਆਫ ਇੰਟਰਨਲ ਮੈਨੇਜਮੈਂਟ ਇਨਵੈਸਟਮੈਂਟ ਪਲੈਨਿੰਗ ਐਂਡ ਕੰਟਰੋਲ ਡਿਸੀਜਨਸ ਰਿਗਾਰਡਿੰਗ ਐਜੂਕੇਸ਼ਨ ਹੁਣ ਜਦੋਂ ਅਸੀਂ ਫਾਈਨੈਂਸ਼ੀਅਲ ਮੈਨੇਜਮੈਂਟ ਕਰਦੇ ਆ ਤਾਂ ਇਹਦੇ ਨਾਲ ਸਾਨੂੰ ਇੰਟਰਨਲ ਮੈਨੇਜਮੈਂਟ ਮੀਨ ਜਿਹੜਾ ਅੰਦਰੂਨੀ ਪ੍ਰਬੰਧਨ ਹੈ ਫਿਰ ਇਨਵੈਸਟਮੈਂਟ ਜਿਹੜੀ ਪਲੈਨਿੰਗ ਹੈ ਤੇ ਕੰਟਰੋਲ ਨਾਲ ਸੰਬੰਧਿਤ ਜਿਹੜੇ ਡਿਸੀਜਨਸ ਨੇ ਜੋਸੀਂ ਐਜੂਕੇਸ਼ਨਲ ਸੰਬੰਧਿਤ ਲੈਣ ਨੇ ਉਹਨਾਂ ਬਾਰੇ ਸਾਨੂੰ ਇੱਕ ਕਲੀਅਰ ਪਿਕਚਰ ਸਾਹਮਣੇ ਸਾਡੇ ਆ ਜਾਂਦੀ ਹੈ ਕਿ ਇਸਨ ਜਿਹੜਾ ਪੈਸਾ ਉਹ ਕਿਸ ਤਰੀਕੇ ਨਾਲ ਮੈਨੇਜ ਕਰਨਾ ਹੈ ਐਜੂਕੇਸ਼ਨ ਇਨ ਇੰਡੀਆ ਇਜ਼ ਪ੍ਰਾਇਮਰਲੀ ਅ ਸਟੇਟ ਸਪான்ਸਰਡ ਐਕਟੀਵਿਟੀ ਹੁਣ ਇੰਡੀਆ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਹੋ ਮੇਨਲੀ ਕੀ ਹੈ ਸਟੇਟ ਸਪான்ਸਰਡ ਐਕਟੀਵਿਟੀ ਹੈ ਮੀਨਸ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੈ Therefore the pattern of educational development depends to a great extent on the availability of governmental resources for education ਜਿਹੜੇ ਸਾਡੇ ਐਜੂਕੇਸ਼ਨਲ ਡਵੈਲਪਮੈਂਟ ਹੈ ਉਹ ਕਿਦੇ ਉੱਪਰ ਡਿਪੈਂਡ ਕਰਦੀ ਹੈ ਜਿਹੜੇ ਗਵਰਨਮੈਂਟ ਦੇ ਰਿਸੋਰਸਸ ਨੇ ਮੀਨਸ ਸਰਕਾਰ ਜਿੰਨਾ ਫੰਡ ਦਿੰਦੀ ਹੈ ਉਹੀ ਉਹਦੇ ਉੱਪਰ ਖਰਚ ਕੀਤਾ ਜਾਂਦਾ ਹੈ ਐਸ ਨੋਟਡ अर्ਲियर देयर आर 3 ਲੇਅਰਸ ਆਫ ਕੰਟਰੋਲ ਆਫ ਐਜੂਕੇਸ਼ਨ ਇਨ ਇੰਡੀਆ ਹੁਣ ਇੰਡੀਆ ਦੇ ਵਿੱਚ ਜਿਹੜੇ ਐਜੂਕੇਸ਼ਨ ਆ ਉਹਨੂੰ 3 ਲੇਅਰਸ ਨੇ ਕੰਟਰੋਲ ਕਰਨ ਦੀਆਂ ਫਰਸਟ ਹੈ ਸੈਂਟਰਲ ਮੀਨਸ ਜਿਹੜੀ ਸੈਂਟਰ ਗਵਰਨਮੈਂਟ ਹੈ ਫਿਰ ਸਟੇਟ ਲੈਵਲ ਤੇ ਦੈਨ ਡਿਸਟ੍ਰਿਕਟ ਲੈਵਲਸ ਅਮੰਗ ਥੀਸ ਡਿਸਟ੍ਰਿਕਟਸ ਆਰ ਨਾਟ ਕਨਸਟੀਟਿਊਸ਼ਨਲ ਔਰ ਸੈਕਟਰੀ ਯੂਨਿਟਸ ਦੋ ਦੇ ਹਾਰ ਇੰਪੋਰਟੈਂਟ ਐਡਮਿਨਿਸਟ੍ਰੇਟਿਵ ਯੂਨਿਟਸ ਹੁਣ ਇਹਦੇ ਵਿੱਚ ਜਿਹੜੇ ਡਿਸਟ੍ਰਿਕਟਸ ਨੇ ਕਿਉਂਕਿ ਡਿਸਟ੍ਰਿਕਟ ਦੇ ਕੋਲ ਨਹੀਂ ਪਾਵਰਸ ਨਹੀਂ ਹੁੰਦੀਆਂ ਹੁਣ ਜਿਹੜੇ ਮੇਨ ਪਾਵਰਸ ਨੇ ਉਹ ਸੈਂਟਰ ਤੇ ਸਟੇਟ ਗਵਰਨਮੈਂਟ ਕੋਲ ਹੁੰਦੀਆਂ ਨੇ ਬਟ ਇਹ ਇੰਪੋਰਟੈਂਟ ਐਡਮਿਨਿਸਟ੍ਰੇਟਿਵ ਯੂਨਿਟਸ ਨੇ ਕਿਉਂਕਿ ਜਿੱਦਾਂ ਜਿੱਦਾਂ ਇਹਨਾਂ ਨੂੰ ਇਨਸਟਰਕਸ਼ਨਸ ਆਉਣਗੀਆਂ ਇਹਨਾਂ ਨੇ ਫਾਲੋ ਕਰਵਾਉਣੀਆਂ ਨੇ ਧੇਰਫੋਰ ਸਰਸਸ ਅਲੋਕੇਸ਼ਨ ਮੈਕੈਨਿਜ਼ਮਸ ਆਰ ਬੇਸਡ ਓਨ ਸੈਂਟਰ ਸਟੇਟ ਪੈਟਰਨਸ਼ਿਪ ਇਨ ਐਜੂਕੇਸ਼ਨਲ ਐਂਡਓਰਸ ਮੇਨ ਜਿਹੜੀ ਸੈਂਟਰਸ ਤੇ ਸਟੇਟਸ ਦੀ ਭਾਈ ਵਾਲੀ ਹੈ ਜਿਹੜੀ ਯੂਨਿਟਸ ਹੈ ਉਹਦੇ ਉੱਪਰ ਸਾਰੇ ਜਿਹੜੇ ਫੰਡਸ ਵਗੈਰਾ ਨੇ ਉਹ ਬੇਸ ਨੇ ਨਿਰਧਾਰਿਤ ਨੇ ਹੁਣ ਜਿੰਨਾ ਜਿਹੜੇ ਸੈਂਟਰ ਗਵਰਨਮੈਂਟ ਹੈ ਫੰਡ ਅਲਾਅ ਕਰੇਗੀ ਦੇਏਗੀ ਕਿਸ ਸਟੇਟ ਗਵਰਨਮੈਂਟ ਨੂੰ ਉਹਨੇ ਹੀ ਜਿਹੜੀ ਸਟੇਟ ਗਵਰਨਮੈਂਟ ਹੈ ਆਪਣੇ ਸਟੇਟ ਦੇ ਵਿੱਚ ਐਜੂਕੇਸ਼ਨ ਦੇ ਉੱਪਰ ਖਰਚ ਕਰੇਗੀ ਹਾਊਐਵਰ ਇਨ ਦਾ ਇਟ ਇਜ਼ ਵਿਦ ਦਾ ਫੋਕਸ ਔਨ ਡੀਸੈਂਟਰਲਾਈਜੇਸ਼ਨ ਦਾ ਡਿਸਟ੍ਰਿਕਟ ਇਜ਼ ਟ੍ਰੀਟਡ as the lowest viable unit for planning and devolution of financial resources and delegation of administrative powers ਹੁਣ ਮੇਨ ਜਿਹੜਾ ਅਸੀਂ ਹੁਣੇ ਗੱਲ ਕੀਤੀ ਸੀ ਕਿ ਸੈਂਟਰ ਤੇ ਸਟੇਟ ਜੋ ਫੈਸਲੇ ਲੈਂਦੇ ਨੇ ਉਹਨਾਂ ਨੂੰ ਡਿਸਟ੍ਰਿਕਟ ਦੇ ਅਕੋਰਡਿੰਗ ਲਾਗੂ ਕੀਤਾ ਜਾਂਦਾ ਹੈ ਮੀਨ ਡਿਸਟ੍ਰਿਕਟ ਨੇ ਕੀ ਕਰਨਾ ਹੁੰਦਾ ਹੈ ਇੱਕ ਵਾਇਬਲ ਯੂਨਿਟ ਹੈ ਬਟ ਹੈ ਲੋਏਸਟ ਪਲੈਨਿੰਗ ਦੇ ਵਾਸਤੇ ਬਟ ਇਹਦੇ ਵਿੱਚ ਜਿਹੜੇ ਫਾਈਨੈਂਸ਼ੀਅਲ ਰਿਸੋਰਸਸ ਨੇ ਤੇ ਜਿਹੜੀ ਡੈਲੀਗੇਸ਼ਨ ਆਫ ਐਡਮਿਨਿਸਟ੍ਰੇਟਿਵ ਪਾਵਰਸ ਨੇ ਉਹ ਇਨਾਂ ਕੋਲ ਹੁੰਦੀਆਂ ਨੇ ਇਨ ਥਿਸ ਸਿਚੁਏਸ਼ਨ ਸਮ ਆਫ ਦਾ ਪ੍ਰੋਵਿੰਸ਼ੀਅਲ ਗਵਰਨਮੈਂਟਸ ਹੈਵ ਆਲਰੇਡੀ ਇਨੀਸ਼ੀਏਟਿਡ ਸਟੈਪਸ ਟੂ ਕਨਸਟੀਟਿਊਟ ਕਮਿਸ਼ਨਸ ਟੂ ਇਵਾਲਵ ਕ੍ਰਾਈਟੇਰੀਆ ਫਾਰ ਡਿਵੋਲੂਸ਼ਨ ਆਫ ਰਿਸੋਰਸਸ ਬਿਟਵੀਨ ਸਟੇਟ ਗਵਰਨਮੈਂਟਸ ਐਂਡ ਡਿਸਟ੍ਰਿਕਟ ਅਥਾਰਟिटीज ਹੁਣ ਜਿਹੜੇ ਜ਼ਿਲ੍ਹਾ ਅਥਾਰਟिटीज ਨੇ ਤੇ ਰਾ ਸਰਕਾਰਾਂ ਨੇ ਉਹਨਾਂ ਦੇ ਵਿਚਕਾਰ ਜਿਹੜੇ ਸੋਰਸਸ ਨੇ ਉਹਨਾਂ ਦੇ ਵੰਡ ਦੇ ਲਈ ਇੱਕ ਜਿਹੜਾ ਕ੍ਰਾਈਟੇਰੀਆ ਹੈ ਉਹ ਫਿਕਸ ਕਰਨ ਦੇ ਲਈ ਜਿਨੇ ਵੀ ਕਮਿਸ਼ਨ ਬਣਦੇ ਨੇ ਉਹਨਾਂ ਦਾ ਗਠਨ ਕਰਨ ਦੇ ਲਈ ਪਹਿਲਾਂ ਤੋਂ ਹੀ ਜਿਹੜੇ ਸਟੈਪਸ ਨੇ ਉਹ ਚੁੱਕੇ ਗਏ ਨੇ ਬਟ ਥਿਸ ਹੈਸ ਨਾਟ ਯੈਟ ਬੀਕਮ ਅ ਵਾਈਡ ਸਪਰੈਡ ਫੀਨੋਮੀਨਾ ਬਟ ਇਨ ਇਹ ਮੀਨਸ ਕੰਪਰੀਹੈਂਸਿਵ ਲੈਵਲ ਤੇ ਹਾਲ ਤੱਕ ਇਨਾਂ ਨੂੰ ਸਹੀ ਢੰਗ ਦੇ ਨਾਲ ਅਡਾਪਟ ਨਹੀਂ ਕੀਤਾ ਗਿਆ এডੂਕੇਸ਼ਨ ਇਨ ਇੰਡੀਆ ਇਜ਼ ਫਾਈਨਾਂਸਡ ਬਾਈ ਬੋਥ ਸੈਂਟਰਲ ਐਂਡ ਸਟੇਟ ਗਵਰਨਮੈਂਟਸ ਹੁਣ ਇੰਡੀਆ ਵਿੱਚ ਸੈਂਟਰ ਤੇ ਸਟੇਟ ਗਵਰਨਮੈਂਟ ਦੋਵਾਂ ਦੀ ਜ਼ਿੰਮੇਵਾਰੀ ਹੈ এডੂਕੇਸ਼ਨ ਦੀ the government said these levels provide funds for their own institutions and to institutions set up by private individuals or societies to whom grants are made on the basis of grant in aid policies of the government hun inna levels de up jehdiyan governments ne oh apniya sansthaavan te kuch sansthaavan edda nahi hundiyan jehdiyan ke individual hundiyan ne means ja societies hundiyan ne jinna ne ohna nu establish kita hunda ohna nu oh jehde fund ne oh provide kardiye ne ਤੇ ਜਿਹੜੇ ਗਵਰਨਮੈਂਟ ਜਿਹੜਾ ਗ੍ਰਾਂਟ ਇਨ ਏਡ ਪਾਲਿਸੀਜ਼ ਨੇ ਉਹਨਾਂ ਦੇ ਆਧਾਰ ਤੇ ਜਿਹੜੀਆਂ ਗ੍ਰਾਂਟਸ ਨੇ ਉਹ ਪ੍ਰੋਵਾਈਡ ਕਰਦੀਆਂ ਨੇ ਦਾ ਸਟੇਟ ਗਵਰਨਮੈਂਟਸ ਡਿਫਰ ਇਨ ਟਰਮਸ ਆਫ ਦਾ ਸਿਸਟਮ ਆਫ ਗ੍ਰਾਂਟਸ ਹੁਣ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹ ਡਿਫਰੈਂਟ ਸਿਸਟਮ ਹੈ ਉਹਨਾਂ ਦਾ ਐਂਡ ਦੇ ਆਲਸੋ ਡਿਫਰ ਬਾਈ ਲੈਵਲਸ ਆਫ ਐਜੂਕੇਸ਼ਨ ਫਿਰ ਜਿੰਨੇ ਲੈਵਲਸ ਆਫ ਐਜੂਕੇਸ਼ਨ ਨੇ ਉਹਨਾਂ ਦੇ ਅਕੋਰਡਿੰਗ ਅਲੱਗ-ਅਲੱਗ ਜਿਹੜੀ ਫਾਈਨਾਂਸ ਹੈ ਜਾਂ ਜਿਹੜੇ ਫੰਡਸ ਨੇ ਉਹ ਅਲੋ ਕੀਤੇ ਜਾਂਦੇ ਨੇ ਅਲੋਕੇਟ ਕੀਤੇ ਜਾਂਦੇ ਨੇ ਜਨਰਲੀ ਪ੍ਰਾਈਵੇਟ ਇੰਸਟੀਚਿਊਸ਼ਨਸ ਵਿੱਚ ਕਮ ਅੰਡਰ ਦਾ ਪੁਰਵੀਓਫ ਗ੍ਰਾਂਟ ਇਨ ਏਡ ਕੋਡ ਆਰ 기ਵਨ ਰਿਕਰਿੰਗ ਐਂਡ ਨਾਨ ਰਿਕਰਿੰਗ ਗ੍ਰਾਂਟਸ ਫਿਰ ਜਿਹੜੀਆਂ ਕੁਝ ਸੰਸਥਾਵਾਂ ਜਿਨ੍ਹਾਂ ਨੂੰ ਅਸੀਂ ਨਿੱਜੀ ਜਾਂ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਕਹਿੰਦੇ ਆ ਉਹ ਗ੍ਰਾਂਟ ਇਨ ਏਡ ਕੋਡ ਦੇ ਦਾਇਰੇ ਦੇ ਵਿੱਚ ਵੀ ਆਉਂਦੀਆਂ ਨੇ ਤੇ ਜਿਨ੍ਹਾਂ ਨੂੰ ਰਿਕਰਿੰਗ ਤੇ ਨਾਨ ਰਿਕਰਿੰਗ ਗ੍ਰਾਂਟਸ ਵੀ ਪ੍ਰੋਵਾਈਡ ਹੈ ਦਿੱਤੀਆਂ ਜਾਂਦੀਆਂ ਨੇ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਥੈਂਕਸ ਫॉर ਵਾਚਿੰਗ